ਕਹਿੰਦੇ ਪਿਓ ਦੀ ਕਣਕ ਨਹੀਂ ਕਿਸੇ ਐਮਐਲਏ ਦੇ ਪਿਓ ਦੀ ਕਣਕ ਨਹੀਂ ਹੈਗੀ ਕਿਸੇ ਕੌਂਸਲਰ ਦੇ ਪਿਓ ਦੀ ਕਣਕ ਨਹੀਂ ਅੱਗੇ ਆ ਤੂੰ ਵਰਡ ਕੰਟਰੋਲ ਚ ਕਰੋ ਮੈਂ ਉਹੀ ਕਹਿੰਦਾ ਨਹੀਂ ਕਿਸੇ ਪਿਓ ਦੀ ਕਣਕ ਨਹੀਂ ਬਸ ਅੰਕੇ ਇਹਨਾਂ ਪਬਲਿਕ ਦੇ ਕਿ ਟੈਕਸਾਂ ਦੇ ਪੈਸੇ ਦੀ ਕਣਕ ਹੈ ਰੋਡ ਯੂਜ਼ ਐਮਐਲਏ ਮੈਂ ਕਹਿੰਦਾ ਮੈਂ ਤੈਨੂੰ ਦੱਸਿਆ ਕਿਸੇ ਦੇ ਪਿਓ ਦੀ ਕਣਕ ਨਹੀਂ ਵੀਰ ਜੀ ਆਪਣੇ ਆਪ ਹੀ ਕਹਿੰਦਾ ਪਿਓ ਦੀ ਕਣਕ ਨਹੀਂ ਮੈਂ ਕਹ ਰਿਹਾ ਵੀਰ ਜੀ ਵੀਰ ਜੀ ਮੈਂ ਕਹ ਰਿਹਾ ਕਿਸੇ ਦੇ ਪਿਓ ਦੀ ਕਣਕ ਨਹੀਂ ਵੀਰ ਜੀ ਵੀਰ ਜੀ ਸਭ ਲੋਕਾਂ ਦੀ ਕਣਕ ਹੈ ਵੀਰ ਜੀ ਲੋਕਾਂ ਦੇ ਟੈਕਸਾਂ ਦੀ ਪੈ ਕਣਕ ਹੈ ਵੀਰ ਜੀ ਕਦੇ ਮੋਹ ਲਵਾ ਕੇ ਲਾਓ ਤੇ ਕਦੇ ਮੋਹ ਲਵਾ ਕੇ ਲਾਓ ਸਭ ਨੂੰ ਪ੍ਰੋਟੈਸਟ ਕਰ ਸਰਕਾਰ ਕਹਿੰਦੀ ਹੈ ਘਰਾਂ 'ਚ ਬੰਦ ਰਹੋ ਤੁਸੀਂ ਕਹਿੰਦੇ ਉੱਥੇ ਜਾਓ ਤੇ 3 ਕਿਲੋਮੀਟਰ ਮੋਹ ਲਵਾਉਣ ਵਾਸਤੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿਸੇ ਕੌਂਸਲਰ ਨੇ ਸਰਕਾਰ ਕਹਿੰਦੀ ਹੈ ਘਰਾਂ 'ਚ ਕਿਸੇ ਨੇ ਮੋਹ ਲਾਈ ਆਹ ਦੇਖੋ ਬੰਦੇ ਦਾ ਬੋਲੋ ਪੰਗਾ ਸਿਰਫ ਇਹ ਹੈ ਇਹਦੇ ਦਿਮਾਗ ਦੇ ਵਿੱਚ ਕੀੜਾ ਵੜਿਆ ਕਿ ਮੈਂ ਕਿਸੇ ਤਰੀਕੇ ਐਮਐਲਏ ਬਣ ਜਾ ਔਰ ਮੈਂ ਚਾਹਾਂਗਾ ਇਹ ਬੰਦਾ ਇਲੈਕਸ਼ਨ ਜ਼ਰੂਰ ਲੜੇ ਬਾਈ ਇਹਨਾਂ ਵਾਰਡ ਨੰਬਰ 9 ਦੇ ਵਿੱਚ ਕਿ ਇੱਕ ਹੰਗਾਮੇ ਦਾ ਇੱਕ ਵੀਡੀਓ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖ ਸਕਦੇ ਸੀ ਕਿ ਉਹ ਸਿੱਧਾ ਹੀ ਸਿੱਧਾ ਜਿਹੜਾ ਹੈਗਾ ਆਪਣੇ ਇਲਾਕਾ ਕੌਂਸਲਰ ਅਤੇ ਐਮਐਲਏ ਦੇ ਉੱਤੇ ਸਿੱਧੇ ਦੋਸ਼ ਲਗਾ ਰਹੇ ਸਨ ਅੱਜ ਸਾਡੇ ਨਾਲ ਇਲਾਕਾ ਦੇ ਐਮਐਲਏ ਸੰਜੇ ਤਲਵਾਰ ਸਾਡੇ ਨਾਲ ਮੌਜੂਦ ਹੈਗੇ ਨੇ ਅਤੇ ਅਸੀਂ ਉਹਨਾਂ ਨਾਲ ਜਾਣਨਾ ਚਾਹਾਂਗੇ ਸੰਜੇ ਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀ ਭੋਲੇ ਵੱਲੋਂ ਜਿਹੜੀ ਗੱਲ ਕਰੋਗੇ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਕਿ ਸਾਡੀ ਕਾਂਗਰਸ ਪਾਰਟੀ ਦਾ ਕਲਚਰ ਨਹੀਂ ਹੈ ਅਤੇ ਇਹ ਜੁਮਾ ਇਹਨਾਂ ਨੂੰ ਥੋੜ੍ਹੀ ਦੇਰ ਹੋਈ ਕਾਂਗਰਸ ਪਾਰਟੀ 'ਚ ਆਇਆ ਕਿਉਂਕਿ ਆਹ ਜਿਹੜੀ 5 ਪਾਰਟੀਆਂ ਬਦਲ ਚੁੱਕੇ ਆ ਔਰ ਇਹ ਟੈਂਡੈਂਸੀ ਹੈ ਇਹਨਾਂ ਦੀ ਸੋਚ ਹੈ ਇਹਨਾਂ ਦੇ ਅੰਦਰ ਇਹ ਚੀਜ਼ ਹੈਗੀ ਹੈ ਕਿ ਜਦੋਂ ਬੈਂਸ ਨਾਲ ਗਏ ਅਤੇ ਫਿਰ ਉਸ ਤੋਂ ਬਾਅਦ ਉਹਦੇ ਵਿਰੁੱਧ ਹੋ ਗਏ ਅਤੇ ਝਾੜੂ ਛੱਡ ਕੇ ਸਾਡੇ ਕੋਲ ਆ ਗਏ ਮਤਲਬ ਜਿਹਦੇ ਜਿਹਦੇ ਨਾਲ ਗਏ ਨੇ ਉਹਦੇ ਖਿਲਾਫ ਇਹਨਾਂ ਨੇ ਬੋਲਣਾ ਸ਼ੁਰੂ ਕਰਤਾ ਪੰਗਾ ਸਿਰਫ ਇਹ ਹੈ ਇਹਦੇ ਦਿਮਾਗ ਦੇ ਵਿੱਚ ਕੀੜਾ ਵੜਿਆ ਕਿ ਮੈਂ ਕਿਸੇ ਤਰੀਕੇ ਐਮਐਲਏ ਬਣ ਜਾ ਜਾਂ ਮੈਨੂੰ ਕੋਈ ਚੰਗੀ ਕੁਰਸੀ ਮਿਲ ਜਾਏ ਹੁਣ ਕਾਂਗਰਸ 'ਚ ਆਏ ਕਿਉਂਕਿ ਹੋ ਸਕਦਾ ਕੋਈ ਵਾਅਦੇ ਕਰਕੇ ਆਏ ਹੁਣ ਵੀ ਮੈਂ ਚੇਅਰਮੈਨ ਮਿਲੇਗੀ ਜਾਂ ਮੈਨੂੰ ਈਸੀ ਟਿਕਟ ਮਿਲ ਜਾਏਗੀ ਹੁਣ ਜਦੋਂ ਲੱਗਦਾ ਵੈ ਵੀ ਇਹਨਾਂ ਚੀਜ਼ਾਂ ਤੋਂ ਕਾਫੀ ਦੂਰ ਨੇ ਅਤੇ ਅੰਦਰ ਫਰਸਟ੍ਰੇਸ਼ਨ ਹੈ ਗੁੱਸਾ ਚੜ੍ਹਦਾ ਹੁਣ ਆਹ ਜਿਹੜਾ ਕੱਲ੍ਹ ਦਾ ਵਾਕਿਆ ਹੈ ਇਹਦੇ 'ਚ ਇੰਨਾ ਸ਼ੋਰ ਪਾਉਣ ਦੀ ਇੰਨਾ ਰੌਲਾ ਪਾਉਣ ਦੀ ਕੋਈ ਜ਼ਰੂਰਤ ਹੀ ਹੈ ਨਹੀਂ ਇੱਕ ਅਗਰ ਹੈਪੀ ਰੰਧਾਵਾ ਜੀ ਕੋਲ 2 ਬੰਦੇ ਕੰਪਲੇਂਟ ਲੈ ਕੇ ਆ ਰਹੇ ਕਿ ਸਾਨੂੰ ਕਣਕ ਘੱਟ ਮਿਲ ਰਹੀ ਹੈ ਅਗਰ ਉਹ ਇਹ ਕਹਿੰਦੇ ਵੀ ਤੁਹਾਡੇ ਘਰ ਦੇ 5 ਮੈਂਬਰ ਹੈ ਅਤੇ ਤੁਹਾਨੂੰ 75 ਕਿਲੋ ਕਣਕ ਮਿਲਣੀ ਹੈ ਆਹ ਉਹਦੇ ਨੋਮਸ ਨੇ ਉਹ ਇੱਕ ਪਰਚੀ ਲਿਖ ਕੇ ਦੇ ਦਿੰਦੇ ਆ ਅਤੇ ਇਹ 'ਚ ਕਿਹੜਾ ਗੁਨਾਹ ਕਰ ਲਿਆ ਤੂੰ ਸਿੰਪਲ ਕੌਂਸਲਰ ਹੈ ਤੇਰੀ ਵਾਈਫ ਕੌਂਸਲਰ ਹੈ ਤੇਰਾ ਇਮੀਡੀਏਟ ਬੋਸ ਐਮਐਲਏ ਅਗਰ ਤੈਨੂੰ ਕੋਈ ਦਿੱਕਤ ਲੱਗ ਰਹੀ ਹੈ ਕੋਈ ਪ੍ਰੋਬਲਮ ਲੱਗ ਰਹੀ ਹੈ ਕਿਤੇ ਗਲਤ ਹੋ ਰਿਹਾ ਤੁਸੀਂ ਆਪਣੇ ਐਮਐਲਏ ਨੂੰ ਫੋਨ ਕਰੋ ਵੀ ਮੈਨੂੰ ਇੱਥੇ ਦਿੱਕਤ ਲੱਗ ਰਹੀ ਹੈ ਜੀ ਇਹ ਸਮੱਸਿਆ ਦਾ ਹੱਲ ਕਰੋ ਤੁਸੀਂ ਉੱਥੇ ਉੱਚੀ ਉੱਚੀ ਆਪਣੀਆਂ ਲਾਈਵ ਹੋ ਕੇ ਬੋਲ ਰਹੇ ਹੋ ਜੀ ਇਹ ਕਿਸੇ ਦੇ ਪਿਓ ਦਾ ਨਹੀਂ ਕਿਸੇ ਦੇ ਇਹਦਾ ਇੱਦਾਂ ਨਹੀਂ ਫਿਰ ਇਹ ਦੇਖੋ ਅਨਪੜ੍ਹਤਾ ਕਿੰਨੀ ਹੈਵੀ ਇਹਨਾਂ ਦੇ ਉੱਤੇ ਮਤਲਬ ਕਿਹੋ ਜਿਹੀ ਸੋਚ ਹੈ ਉੱਥੇ ਇਹਨਾਂ ਨੇ ਇਹ ਵੀ ਬੋਲਿਆ ਜਦੋਂ ਮੈਂ ਸੁਣਿਆ ਕਿ ਇਹ ਤਾਂ ਜੀ ਅਸੀਂ ਤੁਸੀਂ ਲੋਕ ਟੈਕਸ ਦਿੰਦੇ ਹੋ ਤਾਂ ਤੁਹਾਨੂੰ ਇਹ ਕਣਕ ਮਿਲ ਰਹੀ ਹੈ ਜਦਕਿ ਨੀਲੇ ਕਾਰਡ ਦੀਆਂ ਨੋਮਸ ਹੀ ਇਹ ਨੇ ਕਿ ਜਿਹੜਾ ਟੈਕਸ ਪੇ ਨਹੀਂ ਹੈ ਇਹ ਉਹਨੂੰ ਮਿਲ ਰਿਹਾ ਇਹਨਾਂ ਨੂੰ ਇੰਨੀ ਵੀ ਅਕਲ ਨਹੀਂ ਇੰਨੀ ਵੀ ਸਮਝ ਨਹੀਂ ਹੈ ਮੈਂ ਕਿੱਥੇ ਕੀ ਬੋਲਣਾ ਸਿਰਫ ਇੱਕ ਮਨ ਦੇ ਵਿੱਚ ਹੈ ਵੀ ਕਿਸੇ ਤਰੀਕੇ ਮੈਂ ਐਮਐਲਏ ਬਣ ਜਾ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਇਹੋ ਜਿਹੀ ਜਿਹੜੀ ਸ਼ਬਦਾਵਲੀ ਹੈ ਯੂਜ਼ ਕਰਦੇ ਆ ਇਸੇ ਕਰਕੇ ਕਿਉਂਕਿ ਮੈਨੂੰ ਸਿਰਫ 12 ਦਿਨ ਮਿਲੇ ਸੀ ਇਲੈਕਸ਼ਨ ਲੜਨ ਵਾਸਤੇ ਔਰ ਇਹ 25-25 ਸਾਲ ਤੋਂ ਇਸ ਇਲਾਕੇ 'ਚ ਬੈਠੇ ਆ ਲੋਕਾਂ ਨੇ ਤਦੇ ਇਹਨਾਂ ਨੂੰ ਘਰ ਬਿਠਾ ਤਾ ਔਰ ਅੱਜ ਵੀ ਜੋ ਇਹਨਾਂ ਨੇ ਬੋਲਿਆ ਮੇਰਾ ਖਿਆਲ ਹੈ ਕਿ ਪੂਰੇ ਲੁਧਿਆਣੇ ਨੇ ਸੁਣਿਆ ਅੱਜ ਇਹਨਾਂ ਦੇ ਬੰਦੇ ਵਾਇਰਲ ਕਰ ਰਿਹਾ ਵੀਡੀਓ ਫੇਸਬੁੱਕ 'ਤੇ ਜਾਂ ਵਟਸਐਪ 'ਤੇ ਕਿ ਅਸੀਂ ਲਲਕਾਰਾ ਮਾਰਿਆ ਮੈਂ ਕਹਿੰਦਾ ਠੀਕ ਹੈ ਤੁਸੀਂ ਬੜੇ ਬਹਾਦਰ ਹੋ ਬੜੇ ਦਲੇਰ ਹੋ ਤੁਸੀਂ ਲਲਕਾਰੇ ਮਾਰ ਸਕਦੇ ਹੋ ਕਿਉਂਕਿ ਤੁਹਾਡੀ ਸੋਚ ਹੀ ਹੈ ਜਦੋਂ ਰਾਜਨੀਤੀ 'ਚ ਅਸੀਂ ਆਉਂਦੇ ਹਾਂ ਆਪਣਾ ਅਹਿਮ ਛੱਡ ਕੇ ਆਪਣੀ ਜਿਹੜੀ ਸਵੈ ਇੱਛਾ ਛੱਡ ਕੇ ਸਾਨੂੰ ਲੋਕਾਂ ਵਾਸਤੇ ਕੰਮ ਕਰਨਾ ਪੈਂਦਾ ਜਿੰਨਾ ਕਿ ਭਲਵਾਨ ਹੈ ਜਿੰਨਾ ਕਿ ਬਦਮਾਸ਼ ਹੈ ਸਾਰੀ ਦੁਨੀਆ ਨੂੰ ਜਾਣ ਸਾਰੀ ਦੁਨੀਆ ਜਾਣਦੀ ਹੈ ਔਰ ਮੇਰੀ ਪੇਸ਼ੈਂਸ ਨੂੰ ਮੇਰੀ ਕਮਜ਼ੋਰੀ ਨਾ ਸਮਝਿਆ ਜਾਵੇ ਅਗਰ ਮੈਂ 12 ਦਿਨਾਂ 'ਚ ਇਹਨੂੰ ਘਰ ਬਿਠਾ ਸਕਦਾ ਤਾਂ ਮੇਰਾ ਇਹ ਪ੍ਰੋਮਿਸ ਹੈ ਕਿ 2022 ਦੇ ਵਿੱਚ ਜਿਹਨੇ ਦੁਬਾਰਾ ਗਲਤੀ ਕੀਤੀ ਇਲੈਕਸ਼ਨ ਲੜਨ ਦੀ ਇਹਦਾ ਆਹ ਹਾਲ ਲੋਕ ਉਹ ਕਰਨਗੇ ਸਾਰੀ ਉਮਰ ਯਾਦ ਕਰੇਗਾ ਔਰ ਜਿੱਥੇ ਤੱਕ ਇਹਦੀਆਂ ਗੱਲਾਂ ਜਿਹੜੀਆਂ ਇਹ ਬਕਵਾਸ ਕਰਦਾ ਜਾਂ ਬਦਤਮੀਜ਼ੀ ਕਰਦਾ ਇਹਨੂੰ ਖੁਦ ਨੂੰ ਕਿਉਂਕਿ ਜਦੋਂ ਇਹਨੇ ਗੱਲ ਸ਼ੁਰੂ ਕੀਤੀ ਮੈਂ ਕਿਹਾ ਯਾਰ ਤੂੰ ਆਪ ਕੌਂਸਲਰ ਹੈ ਕਹਿੰਦਾ ਠੀਕ ਹੈ ਮੇਰੇ ਪਿਓ ਦੀ ਵੀ ਨਹੀਂ ਹੈ ਜਿਹੜਾ ਆਪਣੇ ਪਿਓ ਨੂੰ ਲੈ ਕੇ ਆ ਰਿਹਾ ਉਹ ਕਿਸੇ ਦੇ ਪਿਓ ਬਾਰੇ ਵੀ ਗੱਲ ਕਰ ਸਕਦਾ ਸੋ ਮੈਨੂੰ ਇਹਨਾਂ ਗੱਲਾਂ ਦਾ ਮੇਰੇ 'ਤੇ ਕੋਈ ਅਸਰ ਨਹੀਂ ਹੈ ਸਾਡੀ ਡਿਵੈਲਪਮੈਂਟ ਉੱਦਾਂ ਚੱਲਦੀ ਰਹੇਗੀ ਸਾਡੇ ਜਿਹੜੇ ਕੰਮ ਹੈ ਇਸ ਕਰੋਨਾ ਵਾਇਰਸ ਦੇ ਵਿੱਚ ਜੋ ਅਸੀਂ ਲੋਕਾਂ ਦੀ ਮਦਦ ਕਰ ਰਹੇ ਹਾਂ ਅਸੀਂ ਇਹਦੇ ਵਾਰਡ 'ਚ ਹੀ ਆਟਾ ਵੰਡਾਂਗੇ ਕਿਉਂਕਿ ਅਸੀਂ ਕੋਲੋਂ ਵੰਡ ਰਹੇ ਹਾਂ ਸਰਕਾਰ ਦਾ ਨਹੀਂ ਸਾਡੇ ਕੋਲ ਕੁਛ ਹੈਗਾ ਅਗਰ ਕੋਈ ਨੀਡੀ ਬੰਦਾ ਐਜ਼ ਏ ਐਮਐਲਏ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਆਪਣੇ ਇਲਾਕੇ ਦੇ ਹਰ ਬੰਦੇ ਘਰ ਰਾਸ਼ਨ ਪਹੁੰਚਾਵਾਂ ਅਤੇ ਗੱਲ ਤੁਸੀਂ ਬਹੁਤ ਵੱਡੀ ਕਹੀ ਹੈ ਕਿ ਤੁਹਾਡੀ ਪਹਿਲੀ ਡਿਊਟੀ ਬਣਦੀ ਹੈ ਅਤੇ ਲੇਕਿਨ ਕਿਤੇ ਨਾ ਕਿਤੇ ਅਗਰ ਗੱਲ ਕਰਦੇ ਸਰ ਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਇਹਨਾਂ ਵੱਲੋਂ ਕੱਲ੍ਹ ਵਰਤੀ ਗਈ ਕੀ ਲੱਗ ਰਿਹਾ ਕਿ ਕਾਂਗਰਸ ਹੀ ਜਿਹੜੀ ਹੈਗੇ ਹੈ ਕਿ ਸਿਰਫ ਇੱਕ ਆਪਣੀ ਸੀਟ ਪਾਉਣ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਮੈਂ ਤੁਹਾਨੂੰ ਛੋਟੀ ਜਿਹੀ ਬੇਨਤੀ ਕਰਦਾ ਦੇਖੋ ਮੈਂ ਐਮਐਲਏ ਹਾਂ ਅਗਰ ਮੈਨੂੰ ਕੋਈ ਪ੍ਰੋਬਲਮ ਹੈ ਮੈਂ ਆਪਣੇ ਮਿਨਿਸਟਰ ਨੂੰ ਕੰਪਲੇਂਟ ਕਰਾਂਗਾ ਮੈਂ ਆਪਣੇ ਐਮਪੀ ਨੂੰ ਕੰਪਲੇਂਟ ਕਰਾਂਗਾ ਇਹ ਜਾਇਜ਼ ਤਰੀਕਾ ਜਾਂ ਮੈਂ ਪਾਰਟੀ ਪਲੇਟਫਾਰਮ 'ਤੇ ਗੱਲ ਕਰਾਂਗਾ ਇਹ ਵੀਡੀਓ 'ਤੇ ਲਾਈਵ ਹੋ ਕੇ ਬੋਲ ਰਹੇ
यही कहना चाह रहे ना क्यों क्यों कर रहे हैं क्योंकि हुण इन्हां दा वारी आ गई छेवीं पार्टी जाण दी इन्हां नूं पहलां विश्वास सीगा कि शायद मैनूं इस विचों जां मैनूं कोई वड्डी चेयरमैन मिल जाएगी हुण मिलनी नहीं हुण इहदा चांस आ वी मैं किसे ना किसी दूजी पार्टी च अपना ए अक्स दिखावां वी मैं तां कांग्रेस दे नाल मजबूरी चां जी तुसीं मैनूं लै लो सर अज तां मोस्ट वैलकम करदे आ वी जिस मर्जी पार्टी जावे और मैं चाहवांगा इह बंदा इलैक्शन जरूर लड़े भाई वाला और जिहड़े जिहड़ी इह शब्दावली बोल रहे असीं इह तां इहनूं बहादुरी कह रहे असीं वी चलावांगे असी सारी इहदी वीडियो चलावांगे इलैक्शन दे विच जे इहनूं किते टिकट मिल गई चलावांगे भी आ बंदा इन्ना बहादुर है ये अपने एम एल ए बारे अपशब्द बोल रहे अगर ये अपने एम एल ए अपने बोस बारे बोल सकता तो तुहाडी वोट लैणा तुहाडे नाल की करेगा ये जनतंत्र है लोकतंत्र है लोगों के बनाए हुए हैं अहंकार की राजनीति बदमाशी आ जिहड़ी अग्रैशन की राजनीति असी नहीं करते कांग्रेस पार्टी नहीं करती इन्हां दी फितरत है इन्हां नूं मुबारक लेकिन एक चीज़ मैं तुहाडे माध्यम में बड़ी क्लीयर कर देना ना तो मेरा कोई कौंसलर कमजोर है तो ना मैं कमजोर हाँ जे मैं इस इलाके की राजनीति कर रहा तो कुछ सोच समझ के कर रहा तो मैं इस ये किसी गल का ना दिमाग से बोझ है ना टेंशन है असी अज भी उस वार्ड में राशन वंडांगे डिवेलपमेंट के काम भी होणगे दो तकरीबन दो साल हो गए यदि वाइफ कौंसलर है मैं अपनी पार्टी के हाईकमान भी ये बेनती करना चाहना कि पहला उन्होंने ऑफिशियल ज्वाइन कराने कांग्रेस पार्टी दूसरी गल ये अपना रिकॉर्ड लेके जाए दो साल इन्हें डक्का तोड़ के भी दूरा किया अपने वार्ड 14 करोड़ रुपया असी लगा जे असी बदले की राजनीति या असी कोई नैगेटिव पॉलिटिक्स करते ये कोई किट ना लगती ये वार्ड इन्ने पैसे लाने के बावजूद और कभी असी वार्ड की पॉलिटिक्स इंटरफेयर नहीं की क्योंकि मेरा मेरा काम है कि जोड़ा बंदा मेरी कॉन्स्टिट्युएंसी रहा किसी पार्टी संबंधित है वो इलाके डिवेलपमेंट करनी मेरी जिम्मेवारी है मेरी रिसपोंसीबिलिटी अज जो महामारी है करोना वायरस है ये राजनीति करना तो सब तो बुरी गल है परमात्मा भी उन्होंने नहीं बख्शेगा और इदा ह्यू क्राई करना इदा उच्ची उच्ची बोलना तो ये वीडियो पानी है ये कि चंगी गल बिल्कुल मेरा लास्ट क्वेश्चन है जी जिस तरह कि तुम इलाके के चुमांदे चुने हुए नुमाइंदे है तो कितने ना कि इस इलाके का पूरा बीड़ा चक्या होया तुहाडे कोल इस दो अकाली दल के भी लोग है कई तरह के इत्थे होर नुमाइंदे भी है लेकिन सिर्फ ही तुहाडी ही पार्टी का जिहड़ा दलजीत सिंह भोला है ये क्यों मतलब कि इस तरह कर रहा कितना कितने सारा यदि लालच जी है सीट की सब तो पहले तो तुम मैं ये दसना चाहना कि कांग्रेस पार्टी का तो है ही नहीं शुरू तो सब तो पहला अकाली दल से फिर आजाद हो गया फिर लिपे चला गया फिर झाड़ू च चला गया अज कांग्रेस आ गया जदों जदों इनू ये विसाखियां लभदा चलन वास्ते सहारे की इनू लोड़ हुंदी है उदों उस पार्टी के विच चला जाता हुण इनू लगन लग गया कि मैनू शायद कांग्रेस पार्टी के विचों टिकट नहीं मिलनी तो हुण ये कांग्रेस पार्टी का विरोध करके पब्लिकली एक तो लोगों अगे भगत सिंह बनना चाहता लोग इनू चंगी तरह जानते भी किन्ना तू योद्धा वै किन्ने तू चंगे काम किए सारे पता है सिर्फ की सगा कि मेरे तो पहला इस इलाके जो डिवेलपमेंट है या कांग्रेस वालों थोड़िया कमियां सगिया जिहड़ियां साडी टीम ने हुण असी उहनूं कमियां नूं पूरा करता होया उहने परेशान है सिर्फ ये दूजी पार्टी जाण दे अपने रस्ते तलाश रहा और तुसीं देखना करोना वायरस तो बाद तुहानूं नज़र आ जाएगा कि ना किसी पार्टी जाता हाईकमान ने सारिया ने वीडियो देख ली ठीक है मैं तो उन्होंने भी बेनती करांगा जिन्हां ने इहनूं ज्वाइन कराया सी भी जे अज अपने एम एल ए बारे शब्द बोल रहे कल तुहाडे बारे ही बोल सकता तो फैसला तुसीं करो पार्टी रखना तां वी तुहाडी मर्जी है नहीं रखना तां वी तुहाडी मर्जी है ना तो असी लोग कायर हाँ भी ये तो डर के तो असी अपनी पॉलिटिक्स चेंज करांगे साडी पॉलिटिक्स उसी दिशा से चलेगी और ये परमात्मा अगे अज के दिन दुआ करांगा भी किसी ना किसी तरीके जे कांग्रेस रहना तो कांग्रेस का कल्चर अडोप्ट करे यू वार्निंग है अगर कांग्रेस तो बाहर जाता है तो ये किसी पार्टी की टिकट लैके जरूर आवे ताकि लोग इनू दोबारा इहदी हैसीयत दिखाण जिस बंदे नू 25 साल हो गए उस वार्ड च कौंसलिंग करदे आ और 12 दिन सिर्फ मैनू मिले वो लोगों ने इनू घर बिठाता इन्हां नू हजे भी अकल नहीं आ रही भी असी किहो जी पॉलिटिक्स करदे आ लोग सानू नहीं पसंद करते बट इन्हां दा जो इन्हां दे अंदर है वो इन्हां दे बाहर आ रहा अग्रैशन आ रहा गुस्सा आ रहा जल्दी तो जल्दी वो सीट हासिल करना चाहते जिहड़ी इन्हां दे हजे वस च नहीं बिल्कुल तुम्हें देखिए कि साढ़े नाल संजय तलवार जी उन्होंने सारे अपने स्पष्टीकरण भी दिता तो नाल ही उन्होंने सीधा किया कि दलजीत सिंह भोला जे इस बार चुनाव लड़ता है तो सरेआम जोड़े है लोगों के वीडियो भी पेश किया जाएगा कि जोड़ा कि अपने इलाके के एम एल ए बारे गलत शब्दावली बोलता है तो तुहाडी ही पार्टी के बारे किस तरह की शब्दावली वरतेगा यह तो हुण आने वाला समय दसेगा लेकिन इस तरह की शब्दावली एक कांग्रेसी वर्कर वालों अपने एम एल ए इलाके के एम एल ए बोलना ਕਿੰਨੀ ਕੁ ਜਾਇਜ਼ ਹੈ ਇਹ ਤੁਸੀਂ ਦੱਸੋ ਲੁਧਿਆਣਾ ਤੋਂ ਅਭਿਸ਼ੇਕ ਬੈਲ ਦੇ ਨਾਲ ਅਮਨਦੀਪ ਖੈਰਾ ਟਾਈਮਸ ਪੰਜਾਬ ਟੀਵੀ ਬੇਨਤੀ ਕਰਦਾ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਟੈਕਸਾਂ ਦੇ ਕਣਕ ਦੇ ਪੈਸੇ ਜਿਹੜੇ ਤੁਹਾਡੇ ਜਿਹੜੇ ਟੈਕਸ ਨੇ ਉਹਨਾਂ ਇੱਕ ਮਿੰਟ ਜੀ ਤੁਹਾਡੇ ਟੈਕਸਾਂ ਦੇ ਜਿਹੜੇ ਪੈਸੇ ਇਕੱਠੇ ਹੁੰਦੇ ਸਰਕਾਰ ਕੋਲ ਦੀ ਕਣਕ ਮਿਲਦੀ ਆ ਸਰਕਾਰ ਕਣਕ ਦੇ ਰਹੀ ਆ ਔਰ ਸਰਕਾਰ ਕਰੀਆ ਘਰਾਂ 'ਚ ਬੈਠੋ ਜੇ ਤੁਹਾਨੂੰ ਕੋਈ ਕਹਿੰਦਾ ਨਾ ਜਾਂ ਮੇਰੇ ਦੀ ਫੋਨ ਲਵਾ ਕੇ ਲੈ ਲਓ ਫੋਨ ਵੀ ਫੋਨ ਲਾ ਕੇ ਕਿਸੇ ਲੋੜ ਨਹੀਂ ਹੈਗੀ ਕਹਿੰਦੇ ਬਾਪ ਦੀ ਕਣਕ ਨਹੀਂ ਤੁਹਾਡੇ ਟੈਕਸਾਂ
ਵੋਟ ਨਾਲ ਐਮਐਲਏ ਬਣਦਾ ਤੁਹਾਡੀ ਵੋਟ ਨਾਲ ਕੌਂਸਲਰ ਬਣਦਾ ਇਹਨਾਂ ਕਾਨੂੰਨ ਦੀ ਲੋੜ ਨਹੀਂ ਜੇ ਕੋਈ ਡਿਪੂ ਵਾਲਾ ਘੱਟ ਦਿੰਦਾ।